ਮੁੱਦੇ ਦੀ ਗੱਲ ਵੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਸੁਰਿੰਦਰ ਢੱਲਾ। ਮੁੱਦੇ ਦੀ ਗੱਲ ਕਰਾਂਗੇ ਬਰਗਾੜੀ ਕਾਂਡ ਦੇ ਆਲੇ ਦੁਆਲੇ। ਸਿਮਰਜੀਤ ਬੈਂਸ ਨੇ ਥੋੜ੍ਹੀ ਦੇਰ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਹੈ ਪੰਜਾਬ ਦੇ ਵਿੱਚ ਔਰ ਮੰਗ ਕੀਤੀ ਹੈ ਕਿ ਸੁਖਬੀਰ ਬਾਦਲ 'ਤੇ ਕੇਸ ਦਰਜ ਕੀਤਾ ਜਾਵੇ। ਸੁਖਪਾਲ ਖਹਿਰਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਬਾਦਲ ਨੂੰ ਪਾਰਟੀ ਬਣਾਇਆ ਜਾਵੇ। ਔਰ ਸੁਖਪਾਲ ਖਹਿਰਾ ਨੇ ਇੱਥੋਂ ਤੱਕ ਕਿਹਾ ਕਿ ਜੇ 20 ਅਗਸਤ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਬਰਗਾੜੀ ਤੋਂ ਫਰੀਦਕੋਟ ਤੱਕ SSP ਦਫ਼ਤਰ ਤੱਕ ਮਾਰਚ ਕਰਨਗੇ ਆਪਣੇ ਸਾਥੀਆਂ ਦੇ ਨਾਲ ਔਰ ਆਮ ਆਦਮੀ ਪਾਰਟੀ ਦੇ ਵਲੰਟੀਅਰ SSP ਦਾ ਦਫ਼ਤਰ ਘੇਰਨਗੇ। ਸੋ ਮੰਗ ਸਾਰੇ ਪੁਲਿਸ ਮੁਲਾਜ਼ਮਾਂ 'ਤੇ ਕੇਸ ਦਰਜ ਕਰਨ ਦੀ ਵੀ ਹੈ। ਬਰਗਾੜੀ ਦਾ ਮਾਮਲਾ ਪਿਛਲੇ ਕੁਝ ਦਿਨਾਂ ਤੋਂ ਫਿਰ ਸੁਰਖੀਆਂ ਦੇ ਵਿੱਚ ਆ ਗਿਆ ਹੈ। ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਵੀ ਹੋ ਰਹੀ ਹੈ। ਦੇਖੋ ਇਸ ਗੱਲ ਵਿੱਚ ਤਾਂ ਕੋਈ ਸ਼ੱਕ ਨਹੀਂ ਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਆਇਆਂ ਨੂੰ ਹੁਣ ਆਲਮੋਸਟ 17 ਮਹੀਨੇ ਹੋ ਗਏ ਨੇ ਅਤੇ SIT ਦੀ ਰਿਪੋਰਟ ਗਵਰਨਮੈਂਟ ਦੇ ਕੋਲ ਸਾਰੀ ਜਾਣਕਾਰੀ ਸੀਗੀ। ਦੇ ਵਾਸ ਸੋਫਟ ਪੈਡਲਿੰਗ ਪ੍ਰਾਈਮਰੀਲੀ ਅੰਟਿਲ ਦ ਪ੍ਰੈਸ਼ਰ ਐਗਜ਼ਰਟਡ ਔਨ ਦੈਮ। ਆਫਕੋਰਸ ਇਨਸਾਫ ਮੋਰਚਾ ਜਿਹੜਾ ਬਰਗਾੜੀ ਵਿੱਚ ਬੈਠਾ ਉੱਥੇ ਲੋਕਾਂ ਦਾ ਪ੍ਰੈਸ਼ਰ ਤਾਂ ਬਹੁਤ ਜ਼ਿਆਦਾ ਪਿਆ ਹੋਣਾ। ਔਰ ਜਿਹੜਾ ਅਸੀਂ ਪਿਛਲੇ ਦਿਨਾਂ 'ਚੋਂ ਆਵਾਜ਼ ਉਠਾਈ ਕਿ ਬਹਿਬਲ ਕਲਾਂ ਗੋਲੀਕਾਂਡ ਵਿੱਚ ਲੋਕਾਂ ਨੂੰ ਨਾਮਜ਼ਦ ਕਿਉਂ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਨਾਮਜ਼ਦ ਵੀ ਕਰਨੇ ਪਏ। ਸੋ ਪ੍ਰੈਸ਼ਰ ਵਰਕਸ। ਦੇਰਫੋਰ ਅਸੀਂ ਜੇ ਗਵਰਨਮੈਂਟ ਨਹੀਂ ਕੁਛ ਕਰ ਰਹੀ ਹੈਗੀ ਤਾਂ ਹੀ ਅਸੀਂ ਜਾ ਰਹੇ ਹਾਂ 20 ਤਾਰੀਕ ਨੂੰ ਅਸੀਂ ਪ੍ਰੋਟੈਸਟ ਮਾਰਚ ਕਰਾਂਗੇ। ਹਾਂ ਉਹ ਆਈ ਅੰਡਰਸਟੈਂਡ, ਪਰ ਉਹਨੇ ਐਜ਼ ਏ ਪੁਲਿਸ ਆਫਿਸਰ ਕੁਛ ਗੱਲਾਂ ਫੈਕਟਸ ਔਨ ਰਿਕਾਰਡ ਲਿਆਉਂਦੇ ਆ, ਅਸੀਂ ਉਹਨਾਂ ਫੈਕਟਸ ਦੇ ਆਧਾਰ 'ਤੇ ਗੱਲ ਕਰ ਰਹੇ ਹਾਂ। ਉਹਦਾ ਬੇਟਾ ਕਿਹੜੀ ਪਾਰਟੀ ਸੀ, ਕਿਹੜਿਆਂ ਇਲੈਕਸ਼ਨ ਲੜੀ, ਆਈ ਹੈਵ ਨਥਿੰਗ ਟੂ ਡੂ ਵਿਦ ਦੈਟ। ਵੀ ਹੈਵ ਟਾਕਿੰਗ ਅਬਾਊਟ ਦਾ ਫੈਕਟਸ ਪਲੇਸਡ ਔਨ ਰਿਕਾਰਡ ਬਾਏ ਦਾ SIT ਹੈਡ ਮਿਸਟਰ ਰਣਬੀਰ ਸਿੰਘ ਖੱਟਰਾ। ਦੇਖੋ ਅਕਾਲੀ ਦਲ ਨੂੰ ਤਾਂ ਸਭ ਕੁਛ ਪੰਥਕ ਗੱਲਾਂ ਭੁੱਲ ਚੁੱਕੀਆਂ ਨੇ, ਨਾ ਉਹਨਾਂ ਨੂੰ ਹੁਣ ਕੋਈ ਚੰਡੀਗੜ੍ਹ ਦੀ ਪਰਵਾਹ ਵਾ, ਨਾ ਉਹਨਾਂ ਨੂੰ ਕੋਈ ਸਿੱਖ ਕਤਲੇਆਮ ਦੀ ਪਰਵਾਹ ਵਾ। ਉਹ ਤਾਂ ਸਿਰਫ ਹੁਣ ਜਿਹੜਾ ਅਕਾਲੀ ਦਲ ਡੇਰਾ ਸੱਚਾ ਸੌਦਾ ਨਾਲ ਵੋਟਾਂ ਦੀ ਖਾਤਰ ਉਸ ਡੇਰੇ ਦੇ ਮੁਖੀਆਂ ਨਾਲ ਸੌਦਾ ਕਰ ਸਕਦਾ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਨਾ ਸਿਰਫ ਅਪਮਾਨ ਕਰਾਇਆ ਬਲਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੋਸ਼ਾਕ ਪਹਿਨ ਕੇ ਉਹਨਾਂ ਦਾ ਮੁਕਾਬਲਾ ਕੀਤਾ। ਇਹ ਤੋਂ ਅੱਗੇ ਬਾਕੀ ਕੀ ਰਹਿ ਗਿਆ? ਇਸ ਲਈ ਉਹ ਮੇਰਾ ਇਹ ਮੰਨਣਾ ਵਾ ਕਿ ਜਿਹੜਾ ਇਨਸਾਫ਼ ਮੋਰਚਾ ਲੱਗਿਆ ਇਹ ਜੈਨੂਅਨ ਪੰਥ ਹਤੈਸ਼ੀਆਂ ਦਾ ਵਾ, ਬਿਲਕੁਲ ਜੈਨੂਅਨ ਲੋਕ ਹੈ। 73 ਦਿਨ ਸੁਖਬੀਰ ਸਿੰਘ ਬਾਦਲ ਨੂੰ ਕਹੋ ਬਹਿ ਕੇ ਦਿਖਾਵੇ, ਮੈਨੂੰ ਕੋਈ ਅਕਾਲੀ ਮੈਨੂੰ ਬਹਿ ਕੇ ਦਿਖਾਵੇ 73 ਦਿਨ ਮੋਰਚੇ ਦੇ ਉੱਤੇ ਮੈਂ ਮੰਨੂੰਗਾ। ਉਹ ਪੁਰਾਣੇ ਸੀ ਅਕਾਲੀ ਜਿਹੜਾ ਸਾਡੇ ਜਿਹਨਾਂ ਨੇ ਧਰਮਯੁੱਧ ਮੋਰਚਾ ਲਾਇਆ ਅਤੇ ਜਿਹਨਾਂ ਨੇ ਜੈਤੋ ਦਾ ਮੋਰਚਾ ਲਾਇਆ ਅਤੇ ਜਿਹਨਾਂ ਨੇ ਪੰਜਾਬੀ ਸੂਬੇ ਦਾ ਮੋਰਚਾ ਲਾਇਆ, ਉਹ ਇਹਨੂੰ ਤਾਂ ਪਤਾ ਵੀ ਨਹੀਂ ਇਤਿਹਾਸ ਉਹਨਾਂ ਬਾਰੇ। ਅਤੇ ਗੋਲੀ ਚਲਾਉਣ ਵਾਲੇ ਲੋਕ ਕਿਹੜੇ ਸੀ? ਅਤੇ ਗੋਲੀ ਚਲਾਉਣ ਵਾਲੇ ਪੁਲਿਸ ਅਫਸਰਾਂ ਪੁਲਿਸ ਮੁਲਾਜ਼ਮਾਂ ਨੂੰ ਕਿਹਨੇ ਆਰਡਰ ਕੀਤਾ? ਉਹ ਹੈਗਾ ਸੁਖਬੀਰ ਬਾਦਲ। ਸੋ ਅਸੀਂ ਅੱਜ ਇਹ ਮੰਗ ਕਰਦੇ ਹਾਂ ਕਿ ਸੁਖਬੀਰ ਬਾਦਲ ਦੇ ਖਿਲਾਫ਼ ਤੁਰੰਤ FIR ਦਰਜ ਕੀਤੀ ਜਾਵੇ, ਜਾਂ ਜਿਹੜੀ ਪਹਿਲਾਂ ਦਰਜ ਪੁਲਿਸ ਅਫਸਰਾਂ ਦੇ ਉੱਤੇ FIR ਹੋਈ ਆ ਉਹਦੇ ਵਿੱਚ ਸੁਖਬੀਰ ਬਾਦਲ ਦਾ ਨਾਮ ਵਿਸ਼ੇਸ਼ ਤੌਰ 'ਤੇ ਪ੍ਰਮੁੱਖਤਾ ਦੇ ਨਾਲ ਪਾਇਆ ਜਾਵੇ। ਅਤੇ ਦੂਸਰਾ ਜਿਹੜੀ ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ ਦੀ ਰਿਪੋਰਟ ਆ, ਉਹ ਸਰਕਾਰ ਨੂੰ ਜਨਤਕ ਕਰਨ ਦੇ ਵਿੱਚ ਪਰੇਸ਼ਾਨੀ ਕੀ ਹੈ? ਕਹਿੰਦੇ ਜੀ ਪੰਜਾਬ ਵਿਧਾਨ ਸਭਾ ਦਾ ਅਸੀਂ ਸੈਸ਼ਨ ਬੁਲਾਵਾਂਗੇ। ਅਤੇ ਸੈਸ਼ਨ ਬੁਲਾਉਣਾ ਕਦੋਂ ਆ? ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ ਦੀ ਇੱਕ ਪਾਸੇ ਰਿਪੋਰਟ ਆ ਗਈ, ਦੂਸਰੇ ਹੱਥ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚੱਕ ਕੇ ਜਿਹੜਾ CBI ਨੂੰ ਮਸਲਾ ਸੌਂਪਤਾ। CBI ਨੂੰ ਮਸਲਾ ਸੌਂਪਣ ਦਾ ਮਤਲਬ ਕਿ ਬਾਦਲਾਂ ਨੂੰ ਕਿਤੇ ਬਾਦਲ ਫੈਮਿਲੀ ਨੂੰ ਸੇਕ ਨਾ ਲੱਗ ਜੇ। ਉੱਪਰ BJP ਦੀ ਸਰਕਾਰ ਹੈਗੀ ਆ ਅਤੇ ਥੱਲੇ ਆਪਣੇ ਭਤੀਜੇ ਨੂੰ ਬਚਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਬੈਠੇ ਆ। CBI ਨੂੰ ਮਸਲਾ ਦੇਣ ਦਾ ਮਤਲਬ ਸਿਰਫ ਅਤੇ ਸਿਰਫ ਬਾਦਲ ਫੈਮਿਲੀ ਨੂੰ ਬਚਾਉਣ ਦਾ ਇੱਕ ਤਰੀਕਾ ਕੱਢਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ ਦੀ ਰਿਪੋਰਟ ਨੂੰ
ਤੁਰੰਤ ਜਨਤਕ ਕੀਤਾ ਜਾਵੇ, ਉਹਦੇ ਵਿੱਚ ਪਰਦੇ ਦੇ ਪਿਛਲੇ ਲੋਕ ਤੇ ਪਰਦੇ ਦੇ ਅਗਾਂਹ ਵਾਲੇ ਲੋਕਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਦੇਖੀਏ ਸਾਹਿਬ, ਬਹਿਬਲ ਕਲਾਂ ਕਾਂਡ ਕੋਈ ਸਿਆਸਤ ਕਾ ਮੁੱਦਾ ਨਹੀਂ ਹੈ, ਇਹ ਇੱਕ ਪੰਜਾਬੀਓ ਕੀ ਭਾਵਨਾਓਂ ਸੇ ਜੁੜਾ ਹੋਇਆ ਮੁੱਦਾ ਹੈ। ਔਰ ਜਿਨ ਲੋਗੋਂ ਨੇ ਜਨਰਲ ਡਾਇਰ ਕੀ ਤਰਜ ਕੇ ਉੱਪਰ, ਨਿਰਦੋਸ਼ ਲੋਕੋਂ ਕੇ ਉੱਪਰ ਸ਼ਾਂਤੀਪੂਰਵਕ ਜੋ ਵਹਾਂ ਪੇ ਧਰਨਾ ਪ੍ਰਦਰਸ਼ਨ ਕਰ ਰਹੇ ਥੇ, ਪਾਵਨ ਗੁਰੂ ਗ੍ਰੰਥ ਸਾਹਿਬ ਕੀ ਬੇਅਦਬੀ ਕੇ ਮੁਲਾਜ਼ਮੋਂ ਕੋ ਪਕੜਨੇ ਕੇ ਲੀਏ ਜਿਨ੍ਹੋਂ ਨੇ ਧਰਨਾ ਲਗਾਇਆ ਥਾ, ਉਨਕੇ ਉੱਪਰ ਗੋਲੀ ਲਗਾਉਣੇ ਵਾਲੋਂ ਕੇ ਲੀਏ ਬਹਿਬਲ ਕਲਾਂ ਕਾਂਡ ਕੀ ਜੋ ਰਿਪੋਰਟ ਆ ਰਹੀ ਹੈ ਉਸਕੋ ਅਸੈਂਬਲੀ ਮੇਂ ਰੱਖਾ ਜਾਏਗਾ। ਔਰ ਜੋ ਲੋਕ ਇਸਕੇ ਅੰਦਰ ਜਿਨ੍ਹੋਂ ਨੇ ਆਰਡਰ ਦੀਆ, ਮੈਂ ਸਮਝਤਾ ਹੂੰ ਉਨ ਲੋਕੋਂ ਕੋ ਵਹਾਂ ਪੇ ਕਟਘਰੇ ਮੇਂ ਖੜਾ ਕੀਆ ਜਾਏਗਾ। ਮੇਰੇ ਨਾਲ ਸਟੂਡੀਓ ਦੇ ਵਿੱਚ ਖਾਸ ਪੈਨਲ ਮੌਜੂਦ ਹੈ, ਜਸਵਿੰਦਰ ਸਿੰਘ ਰਾਜਾ ਜੀ ਜਿਹੜੇ ਕਿ ਲੋਕ ਇਨਸਾਫ ਪਾਰਟੀ ਦੇ ਪੰਜਾਬ ਦੇ ਬੁਲਾਰੇ ਨੇ, ਬਹੁਤ ਸਵਾਗਤ ਹੈ ਜੀ। ਧੰਨਵਾਦ। ਦਰਸ਼ਨ ਸਿੰਘ DPRO ਸਾਹਿਬ, ਦਰਸ਼ਨ ਸਿੰਘ ਸ਼ੰਕਰ ਜਿਹੜੇ ਕਿ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ ਸੂਬੇ ਦੇ, ਬਹੁਤ ਸਵਾਗਤ ਹੈ ਜੀ ਤੁਹਾਡਾ ਵੀ। ਔਰ ਸੀਨੀਅਰ ਐਡਵੋਕੇਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਇਕਬਾਲ ਸਿੰਘ ਗਿੱਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਗਿੱਲ ਸਾਹਿਬ। ਗਿੱਲ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਕੋਲ ਲੈ ਕੇ ਜਾਊਂਗਾ। ਕੈਪਟਨ ਅਮਰਿੰਦਰ ਦਾ ਉਹ ਸਾਰਾ ਭਾਸ਼ਣ ਵੀ ਅਸੀਂ ਸੁਣਿਆ, ਉਹ ਰੈਲੀ ਵੀ ਪੰਜਾਬ ਦੇ ਲੋਕਾਂ ਨੇ ਦੇਖੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਦਿੱਕਤ ਕੀ ਹੈ? ਉਦੋਂ ਉਹਨਾਂ ਨੇ ਵਾਅਦਾ ਕੀਤਾ ਸੀ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਆ ਗਈ, ਮੰਨ ਲਿਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਜ਼ਿਕਰ ਨਹੀਂ ਹੋਣਾ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਉਹਨਾਂ 'ਤੇ ਕੇਸ ਦਰਜ ਕਰਨ ਦਾ, ਪਰ ਫਿਰ ਵੀ ਇਸ ਮਸਲੇ 'ਤੇ ਸਿਆਸਤ ਤਾਂ ਸ਼ੁਰੂ ਹੋ ਗਈ। ਉਸ ਵੇਲੇ ਜਿਹੜੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ, ਉਹ ਕੀ ਸਿਰਫ ਲੋਕਾਂ ਦਾ ਧਿਆਨ ਖਿੱਚਣ ਲਈ ਕੀਤੀ ਸੀ? ਦਰਲਾ ਜੀ, ਇਕੱਲੀ ਇਹ ਗੱਲ ਨਹੀਂ, ਬੜਾ ਕੁਛ ਕਿਹਾ ਰਾਜੇ ਨੇ, ਪਹਾੜਾਂ 'ਚ ਜਿਹੜੇ ਵਾਅਦੇ ਕੀਤੇ ਪੰਜਾਬੀਆਂ ਨਾਲ, ਘਰ ਘਰ ਦੀ ਨੌਕਰੀ, ਗੌਰਮੈਂਟ ਜਿਹੜੀ ਬਣੀ ਉਹਨਾਂ ਝੂਠਿਆਂ ਵਾਅਦਿਆਂ ਕਰਕੇ ਹੈ। ਘਰ ਘਰ ਨੌਕਰੀ, ਜੱਟਾਂ ਕਿਸਾਨਾਂ ਦਾ 90,000 ਕਰੋੜ ਰੁਪਇਆ ਮਾਫ, ਕਬਜ਼ੇ ਮਾਫ ਦੇ ਜਿਹੜੀ ਹੈਗੇ ਆ, ਵੂਮੈਨਸ ਦੀਆਂ ਜਿਹੜੀਆਂ ਆਪਣੇ ਸ਼ਗਨ ਸਕੀਮ ਹੈ ਉਹ ਰੋਡ ਦੁੱਗਣਾ ਤਿੱਗਣਾ, ਜਿਹੜੇ ਪੈਨਸ਼ਨਾਂ ਨੇ ਉਹਨਾਂ ਨੂੰ ਦੁੱਗਣਾ ਤਿੱਗਣਾ, ਐਸੇ ਤਰ੍ਹਾਂ ਦੇ ਸੈਂਕੜੇ ਹਜ਼ਾਰਾਂ ਵਾਅਦੇ ਕੀਤੇ ਜਿਹੜੇ ਇਹ ਤਾਂ ਇੱਕ ਗੱਲ ਹੀ ਨਹੀਂ, ਕਿਉਂਕਿ ਇਹ ਮਸਲਾ ਉਹ ਸੀ ਬਰਗਾੜੀ ਕਾਂਡ, ਜਿਸ ਤੋਂ ਬਾਅਦ ਜਦੋਂ ਤੁਹਾਡੇ ਅਕਾਲੀ ਦਲ ਦੇ ਮੰਤਰੀ ਜਾਂ MLA ਹਲਕਿਆਂ 'ਚ ਜਾਂਦੇ ਸੀ ਤੇ ਉਹਨਾਂ ਨੂੰ ਡਰ ਲੱਗਦਾ ਸੀ, ਲੋਕ ਪਿੱਛੇ ਪੈ ਜਾਂਦੇ ਸੀ। ਕਿਹੜੀ ਗੱਲ ਹੈ ਜਿਹੜੀ ਇਹਨੇ ਝੂਠੀ ਨਹੀਂ ਕੀਤੀ? ਇਸ ਲਈ ਮੈਂ ਤਾਂ ਇਹ ਕਹੂੰਗਾ ਇਹਦੀਆਂ ਸਾਰੀਆਂ ਗੱਲਾਂ ਝੂਠੀਆਂ ਸੀ। ਇਹਨੇ ਸਿਰਫ ਤੇ ਸਿਰਫ ਕਿਸੇ ਵੀ ਤਰੀਕੇ ਨਾਲ ਰਾਜ ਦੇ ਵਿੱਚ ਕਬਜ਼ਾ ਕਰਨਾ ਸੀ ਉਹ ਨਹੀਂ। ਚਲੋ, ਮੈਂ ਉਸ ਵੇਲੇ ਦੀ ਭਾਵਨਾ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਇੱਕ ਗੱਲ ਤਾਂ ਚੰਗੀ ਕੀਤੀ ਨਾ ਕਿ ਉਸ ਵੇਲੇ ਬਾਦਲ ਸਾਹਿਬ ਤੋਂ ਕੰਟਰੋਲ ਨਹੀਂ ਹੋਇਆ, ਬਰਗਾੜੀ ਕਾਂਡ ਤੋਂ ਬਾਅਦ ਦੋਸ਼ੀਆਂ ਦੀ ਫੜੋ ਫੜੀ ਨਹੀਂ ਹੋਈ, ਮੁਲਜ਼ਮਾਂ ਦਾ ਪਤਾ ਨਹੀਂ ਲੱਗਿਆ, ਕਮੀ ਤਾਂ ਰਹੀ ਸਰਕਾਰ ਦੀ, ਕਿਉਂਕਿ ਮੰਤਰੀ ਵੀ ਨਹੀਂ ਸੀ ਜਾਂਦੇ ਉਹਨਾਂ ਦਿਨਾਂ ਦੇ ਵਿੱਚ। ਮੈਨੂੰ ਯਾਦ ਹੈ ਅਕਾਲੀ ਦਲ ਦੇ ਮੰਤਰੀ ਡਰਦੇ ਹੁੰਦੇ ਸੀ, ਕਈ ਕਈ ਦਿਨ ਤਾਂ ਉਹ ਚੰਡੀਗੜ੍ਹ ਹੀ ਰਹੇ ਉਹਨਾਂ ਦਿਨਾਂ 'ਚ, ਮੈਂ ਵੀ ਚੰਡੀਗੜ੍ਹ ਹੀ ਹੁੰਦਾ ਸੀ, ਉਹਨਾਂ ਨੂੰ ਡਰ ਸੀ। ਉਸ ਮੌਕੇ ਕੈਪਟਨ ਅਮਰਿੰਦਰ ਨੇ ਜਿਹੜੀ ਆਹ ਗੱਲ ਕਹੀ ਕਿ ਮੈਂ ਬਾਦਲ ਨੂੰ ਅੰਦਰ ਦੇ ਦੂੰਗਾ, ਇਹਦੇ ਪਿੱਛੇ ਕੀ ਕਾਰਨ ਸੀ? ਅੱਜ ਇਹਦੀਆਂ ਜਿਹੜੀਆਂ ਗਲਤੀਆਂ ਨੇ ਉਹਦੇ ਲਈ ਕਿੰਨੀ ਕੁ ਰਿਸਪੋਸੀਬਿਲਟੀ ਆਪਦੀ ਬਣਦਾ? ਜਿਹੜੀਆਂ ਗੱਲਾਂ ਇਹਨੇ ਅੱਜ ਗਲਤੀਆਂ ਕੀਤੀਆਂ ਨੇ ਜਿੱਦਾਂ ਦੀ ਇਹ ਸਰਕਾਰ 'ਚ ਆਇਆ, ਉਹਦੇ ਲਈ ਕਿੰਨੀ ਕੁ ਇਹਦੇ ਉੱਤੇ ਕਿੰਨੀ ਕੁ ਵਾਰੀ ਇਹਨੂੰ ਅੰਦਰ ਕੀਤਾ ਜਾਵੇ? ਇਸ ਲਈ ਜਿਹੜੀਆਂ ਸਰਕਾਰਾਂ ਚੱਲਦੀਆਂ ਹੁੰਦੀਆਂ ਨੇ, ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਸਰਕਾਰ ਦਾ ਕੰਮ ਹੈ। ਸਰਦਾਰ ਬਾਦਲ ਨੇ ਆਪਦੀ ਗੌਰਮੈਂਟ ਦੇ ਵਿੱਚ ਲਾਅ ਐਂਡ ਆਰਡਰ ਜਿੱਦਾਂ ਮੇਨਟੇਨ ਉਹ ਵੱਧ ਤੋਂ ਵੱਧ ਰੱਖ ਸਕਦੇ ਸੀਗੇ ਕੀਤਾ, ਲੇਕਿਨ ਇਹ ਬੇਵਸੀ ਸੀਗੀ ਜਿਹੜੀ, ਉਹ ਜੋ ਕੁਛ ਹੋਇਆ ਉਹ ਜਿਹੜੇ ਜੋ ਕੁਛ ਹੋਇਆ, ਭਾਵੇਂ ਉਹ ਇਹਦੇ ਲਈ ਅਕਾਲੀ ਦਲ ਲਈ ਅਟੈਕ ਕਰਨ ਲਈ ਇਹਨੇ ਆਪਦਾ ਕਮਿਸ਼ਨ ਬਣਾਇਆ, ਸੁਖਪਾਲ ਖਹਿਰੇ ਦਾ ਪੜੂਈਆ ਉਹ, ਅਤੇ ਇਹਨਾਂ ਨਾਲ ਉਹ ਖਾਸ ਬੰਦਾ ਜਿਹੜਾ ਰਣਜੀਤ ਸਿੰਘ ਹੈਗਾ, ਲੇਕਿਨ ਫਿਰ ਵੀ ਉਹ ਇੱਥੋਂ ਤੱਕ ਇਹ ਸਾਰਾ ਕੁਛ ਹੋਣ ਦੇ ਬਾਵਜੂਦ ਵੀ
ਅਕਾਲੀ ਸਰਕਾਰ ਦੇ ਜਾਂ ਅਕਾਲੀ ਕਿਸੇ ਮੰਤਰੀ ਵੱਲ ਕਿਸੇ ਵੱਲ ਉਂਗਲੀ ਉਠਾ ਨਹੀਂ ਸਕਿਆ ਜਸਟਿਸ ਰਣਜੀਤ ਸਿੰਘ। ਉਹ ਗੱਲ ਵੱਖਰੀ ਹੈ ਵੀ ਪੁਲਿਸ ਵਾਲੇ ਪਾਸੇ ਨੂੰ ਜਿਹੜੀ ਹੈਗੀ ਹੈ ਗੱਲ ਜ਼ਰੂਰ ਉਹਨਾਂ ਨੇ ਕੁਛ ਨਾਂ ਲਏ ਨੇ, ਲੇਕਿਨ ਅਕਾਲੀ ਸਰਕਾਰ ਦੇ ਕਿਸੇ ਮੰਤਰੀ ਮੁੱਖ ਮੰਤਰੀ ਲਾਅ ਮਿਨਿਸਟਰ ਡਿਫੈਂਸ ਮਿਨਿਸਟਰ ਕਿਸੇ ਦੀ ਕੋਈ ਉਹਦੇ ਵਿੱਚ ਕਿਸੇ ਕਮਿਸ਼ਨ ਕੋਈ ਗੱਲ ਕਰ ਨਹੀਂ ਸਕਿਆ। ਜੀ ਚਲੋ ਦਰਸ਼ਨ ਸਿੰਘ ਜੀ, ਤੁਸੀਂ ਕਿਵੇਂ ਵੇਖੋਗੇ ਇਹਨਾਂ ਹਾਲਾਤਾਂ ਨੂੰ? ਚੋਣਾਂ ਤੋਂ ਪਹਿਲਾਂ ਜੋ ਮਾਹੌਲ ਬਣਿਆ ਸੀ ਉਸ ਤੋਂ ਬਾਅਦ ਲੱਗਦਾ ਸੀ ਕਿ ਜੇ ਸਰਕਾਰ ਬਦਲੀ ਤਾਂ ਬਰਗਾੜੀ ਕਮਿਸ਼ਨ ਦੇ ਉੱਤੇ ਕੋਈ ਨਾ ਕੋਈ ਇਹੋ ਜਿਹਾ ਫੈਸਲਾ ਹੋਊਗਾ, ਅੱਜ ਸਿਆਸਤ ਨਹੀਂ ਹੋਊਗੀ। ਲਗਭਗ ਤੁਸੀਂ ਦੇਖੋ ਸਰਕਾਰ ਬਣੀ ਨੂੰ ਵੀ 1.5 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਅਤੇ ਹਜੇ ਵੀ ਇਸੇ ਮਸਲੇ 'ਤੇ ਸਿਆਸਤ ਹੋ ਰਹੀ। ਦੇਖੋ ਇਹ ਬਹੁਤ ਮੰਦਭਾਗਾ ਕਿ ਇਸ ਮਸਲੇ ਦੇ ਉੱਤੇ ਸਿਆਸਤ ਤੋਂ ਸਿਵਾ ਕੁਛ ਨਹੀਂ ਹੋਇਆ। ਪਹਿਲਾਂ ਜਦੋਂ ਇਹ ਮਾਮਲਾ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਬੜੇ ਥਾਂ 'ਤੇ ਹੋਈ, ਅਤੇ ਉਦੋਂ ਅਕਾਲੀ ਦਲ ਦਾ ਰਾਜ ਸੀ। ਬਾਦਲ ਸਾਹਿਬ ਨੇ, ਮੈਂ ਤੁਹਾਨੂੰ ਇੱਕ ਯਾਦ ਕਰਾ ਦਿੰਦਾ, ਉਹਨਾਂ ਨੇ ਵੀ ਇਹ ਚੀਜ਼ ਖੱਟੇ 'ਚ ਪਾਈ ਸੀ ਕਮਿਸ਼ਨ ਬਣਾ ਕੇ, ਜੋਰਾ ਸਿੰਘ ਦਾ ਕਮਿਸ਼ਨ ਬਣਾ ਕੇ, ਅਤੇ ਇੱਕ SIT ਵੀ ਉਹਨਾਂ ਨੇ ਬਣਾਈ ਸੀ, ਪਰੰਤੂ ਉਹ ਗੰਭੀਰ ਨਹੀਂ ਸੀ ਇਸ ਮਾਮਲੇ 'ਤੇ। ਉਹਨਾਂ ਨੇ, ਮੈਨੂੰ ਯਾਦ ਹੈ ਕਿ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਜੋਰਾ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਵੀ 1 ਜੁਲਾਈ 2016 ਨੂੰ ਪੇਸ਼ ਹੋ ਗਈ ਸੀ ਜੀ, ਅਤੇ ਕਮਿਸ਼ਨ ਆਪਣਾ ਬਣਾਇਆ ਜੋਰਾ ਸਿੰਘ, ਜਸਟਿਸ ਜੋਰਾ ਸਿੰਘ ਦਾ, ਅਤੇ ਉਹਦੀ ਰਿਪੋਰਟ ਲੈਣ ਦੇ ਲਈ ਕੋਈ ਸੀਨੀਅਰ ਅਫਸਰ 1 ਜੁਲਾਈ ਨੂੰ ਸੈਕਟਰੀਏਟ 'ਚ ਮੌਜੂਦ ਨਹੀਂ ਸੀ। ਉਹਦੀ ਰਿਪੋਰਟ ਜਿਹੜੀ ਹੈ ਉਹ ਇੱਕ ਜਿਹੜਾ ਪ੍ਰਿੰਸੀਪਲ ਸੈਕਟਰੀ ਪ੍ਰੋਟੋਕੋਲ ਸੀ ਰਜੀਵ ਪ੍ਰਾਸ਼ਰ, ਉਸਨੇ ਲਈ, ਅਤੇ ਬੜਾ ਮਯੂਸ ਜਿਹੜਾ ਜੱਜ ਸੀ ਉਹ ਹੋਇਆ। ਅਤੇ ਆਮੂਮਨ ਇਹ ਦੇਖਿਆ ਗਿਆ ਸਾਡੇ ਦੇਸ਼ ਦੇ ਅੰਦਰ ਸੂਬੇ ਵਿੱਚ ਵੀ ਕਿ ਜਦੋਂ ਕਮਿਸ਼ਨ ਜਿਹੜੇ ਬਣਾ ਕੇ ਇਹਨਾਂ ਜਿਹੜੇ ਮਸਲੇ ਵੱਡੇ ਵੱਡੇ ਮਸਲੇ ਨੇ, ਵੱਡੇ ਵੱਡੀਆਂ ਘਟਨਾਵਾਂ ਨੇ, ਉਹਨਾਂ ਤੋਂ ਹੌਲੀ ਹੌਲੀ ਲੋਕਾਂ ਦਾ ਧਿਆਨ ਜਿਹੜਾ ਲਾਂਭੇ ਕੀਤਾ ਜਾਂਦਾ, ਅਤੇ ਐਕਚੁਅਲੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਅਤੇ ਮੈਂ ਉਹ ਜਿਹੜੀ ਰਿਪੋਰਟ ਹੈ ਜਸਟਿਸ ਜੋਰਾ ਸਿੰਘ ਦੀ ਵੀ ਪੜ੍ਹੀ ਹੈ, ਮੇਰੇ ਕੋਲ ਸਾਰੀ ਰਿਪੋਰਟ ਪਈ ਹੈ ਜੀ, ਉਸਦੇ ਵਿੱਚ ਵੀ ਉਹਨੇ ਦੇਖੋ ਉਹਨੇ ਟੌਪ ਜਿਹੜੇ ਚੀਫ ਮਿਨਿਸਟਰ ਤੱਕ ਜਾਂ ਅਕਾਲੀ ਦਲ ਦਾ ਕਿਸੇ ਦਾ ਰੋਲ ਹੈ, ਉਹ ਪੁਲਿਸ ਦੇ ਮੁਖੀ ਦਾ ਰੋਲ ਹੈ, ਉਹਨਾਂ ਨੂੰ ਉਹਨੇ ਉਹਦੇ ਵਿੱਚੋਂ ਉਹਨਾਂ 'ਤੇ ਉਂਗਲ ਨਹੀਂ ਉਠਾਈ। ਪਰੰਤੂ ਬਾਕੀ ਉਹਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਸੀਗੀਆਂ ਜਿਨ੍ਹਾਂ ਦੇ ਉੱਪਰ ਬਾਦਲ ਸਾਹਿਬ ਬੜੇ ਆਰਾਮ ਦੇ ਨਾਲ ਐਕਸ਼ਨ ਲੈ ਸਕਦੇ ਸੀ ਅਗਰ ਲੈਣਾ ਹੁੰਦਾ ਤਾਂ, ਅਤੇ ਉਹਦੇ ਵਿੱਚ ਉਹ ਰਿਪੋਰਟ ਜਿਹੜੀ ਆ ਬਾਦਲ ਸਾਹਿਬ ਨੇ ਉਹਨੂੰ ਹਵਾ ਨਹੀਂ ਲੱਗਣ ਦਿੱਤੀ। 6 ਮਹੀਨੇ ਉਹ ਰਿਪੋਰਟ ਆਪਣੇ ਰਾਜ ਦੇ ਵਿੱਚ ਆਪਣੇ ਬਣਾਏ ਕਮਿਸ਼ਨ ਦੀ ਦਬਾ ਕੇ ਰੱਖੀ, ਅਤੇ ਉਸ ਤੋਂ ਬਾਅਦ ਹੁਣ ਜਿਹੜਾ ਕਮਿਸ਼ਨ ਦੀ ਰਿਪੋਰਟ ਆਈ ਹੈ, ਠੀਕ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਉਂਦਿਆਂ ਕਮਿਸ਼ਨ ਬਿਠਾ ਕੇ ਲੋਕਾਂ ਨਾਲ ਵਾਅਦਾ ਤਾਂ ਕੀਤਾ ਸੀ ਕਿ ਮੈਂ 1 ਮਹੀਨੇ ਦੇ ਵਿੱਚ ਇਹਦੇ 'ਤੇ ਅਮਲ ਕਰੂੰਗਾ, ਅਤੇ ਅਮਲ ਇਸ ਤਰ੍ਹਾਂ ਵੀ ਹੋ ਸਕਦਾ ਸੀ ਅਗਰ ਪਹਿਲੇ ਕਮਿਸ਼ਨ ਦੀ ਰਿਪੋਰਟ ਲੈ ਲਈ ਜਾਂਦੀ ਤਾਂ ਪੁਲਿਸ ਅਫਸਰਾਂ ਦੇ ਖਿਲਾਫ਼ ਤਾਂ ਕਾਰਵਾਈ ਹੋ ਸਕਦੀ ਸੀ। ਬਾਕੀ ਦਾ ਜਿਹੜੀ ਫਾਈਂਡਿੰਗ ਹੈ ਉਹਦੇ ਲਈ ਕਮਿਸ਼ਨ ਜਿਹੜਾ ਉਹਨੇ ਬਣਾਇਆ ਅਤੇ ਉਸਨੂੰ ਵੀ 6 ਮਹੀਨੇ ਦਾ ਟਾਈਮ ਦਿੱਤਾ, ਬਾਅਦ ਦੇ ਵਿੱਚ ਉਸਨੂੰ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਜਾਂ ਉਸਨੂੰ ਲੰਮਾ ਸਮਾਂ ਦੇਣ ਦੇ ਲਈ ਉਸ ਦੇ ਵਿੱਚ ਹੋਰ ਵਾਧਾ ਕੀਤਾ ਗਿਆ। ਰਾਜਾ ਜੀ, ਹੁਣ ਅੱਜ ਦੀ ਜਦੋਂ ਅਸੀਂ ਸਥਿਤੀ ਦੀ ਗੱਲ ਕਰਦੇ ਹਾਂ ਤਾਂ ਸਿਮਰਜੀਤ ਬੈਂਸ ਨੇ ਮੰਗ ਕਰਤੀ ਕਿ ਸੁਖਬੀਰ ਬਾਦਲ 'ਤੇ ਕੇਸ ਦਰਜ ਕਰ ਦਿੱਤਾ ਜਾਵੇ। ਉਸ ਵੇਲੇ ਕੈਪਟਨ ਅਮਰਿੰਦਰ ਦੀ ਸਿਆਸਤ ਸੀ ਕਿ ਅੱਜ ਸੁਖਬੀਰ ਦੀ ਸਿਆਸਤ ਹੈ, ਜਾਂ ਜਿਹੜੀ ਸੂਈ ਹੈ ਉਹ ਉਹਨਾਂ ਪੁਲਿਸ ਮੁਲਾਜ਼ਮਾਂ ਵੱਲ ਹੀ ਰਹਿਣੀ ਚਾਹੀਦੀ ਸੀ ਕਿ ਉਹਨਾਂ ਦੇ ਉੱਤੇ ਕੇਸ ਦਰਜ ਕੀਤਾ ਜਾਵੇ, ਹਾਲਾਂਕਿ 4 ਅਫਸਰਾਂ 'ਤੇ ਕੇਸ ਦਰਜ ਕਰਨ ਦੀ ਗੱਲ ਬਿਲਕੁਲ ਬਿਲਕੁਲ। ਮੈਂ ਡੱਲਾ ਜੀ, ਪਹਿਲੇ ਤਾਂ ਕਹਾਂ ਇੱਕ ਬੜੀ ਪੰਜਾਬ ਦੇ ਉੱਤੇ ਜਿਹੜੀ ਆ ਬੜੀ ਮੰਦਭਾਗੀ ਘਟਨਾ ਹੈ, ਜਿਹੜਾ ਇੱਕ ਆਪਣੇ ਬਾਪ ਦੀ ਪੱਗ ਸੜਕਾਂ 'ਤੇ ਰੁਲੀ ਜਾਵੇ
ਅਤੇ ਉਹਦਾ ਇਨਸਾਫ ਲੈਣ ਲਈ, ਉਸ ਸ਼ਖਸ ਤੋਂ ਇਨਸਾਫ ਲੈਣ ਲਈ ਜਿਹੜਾ ਆਪਣੇ ਆਪ ਨੂੰ ਪੰਥ ਰਤਨ ਦਾ ਦਾਅਵਾ ਕਰਦਾ ਅਤੇ ਪੰਥ ਰਤਨ ਲੈਂਦਾ, ਔਰ ਆਪਣੇ ਪੰਥ ਦੀ ਆਪਣੇ ਗੁਰੂ ਦੀ ਪੱਤ ਜਦੋਂ ਰੁਲੇ ਅਤੇ ਉਹਦਾ ਇਨਸਾਫ ਨਾ ਦਵਾ ਸਕਿਆ, ਅਤੇ ਉਹ ਇਨਸਾਫ ਮੰਗਣ ਲਈ ਸਭ ਤੋਂ ਵੱਡੀ ਗੱਲ ਮੈਂ ਇਹਦੇ ਜੋੜਦਿਆਂ ਡੱਲਾ, ਜਿਹੜੇ ਬਰਗਾੜੀ ਕਾਂਡ ਤੋਂ ਬਾਅਦ ਸੜਕਾਂ 'ਤੇ ਧਰਨੇ ਲੱਗੇ ਨੇ, ਇਹ ਕਿਸੇ ਕੋਲੋਂ ਪ੍ਰਯੋਜਿਤ ਨਹੀਂ ਸੀ, ਕਿਸੇ ਪਾਰਟੀ ਦਾ ਧਰਨਾ ਨਹੀਂ ਸੀਗਾ, ਸਰਵ ਧਰਮ ਦੇ ਲੋਕਾਂ ਨੇ ਦਿਲੋਂ ਦੁਖੀ ਹੋ ਕੇ ਸੜਕਾਂ 'ਤੇ ਆ ਕੇ ਬਹਿ ਗਏ ਸੀ ਉਹ, ਕਿਉਂਕਿ ਉਹਨਾਂ ਨੂੰ ਇਹ ਹੋ ਗਿਆ ਵੀ ਜਿੱਥੇ ਸਾਡਾ ਅੱਜ ਧਰਮ ਸੁਰੱਖਿਅਤ ਨਹੀਂ ਅਤੇ ਉੱਥੇ ਸਰਕਾਰ ਸਾਡੇ ਨਾਲ ਕੀ ਕਰੂਗੀ, ਕਿਉਂਕਿ ਉਸ ਸਮੇਂ ਦੀ ਸਰਕਾਰ ਦੇ ਵਿੱਚ ਅਕਾਲੀ ਦਲ ਦੀ ਸਰਕਾਰ 'ਚ ਪ੍ਰਚਲਿਤ ਸੀਗਾ ਵੀ ਥਾਣੇ ਜਿਹੜੇ ਨੇ ਜਥੇਦਾਰ ਚਲਾਉਂਦੇ ਨੇ ਅਕਾਲੀ ਦਲ ਦੇ, ਮਹੀਨਾਬੰਦੀ ਮਨ ਮਰਜ਼ੀ ਦਾ ਥਾਣੇਦਾਰ ਲੱਗਣਾ, ਮਨ ਮਰਜ਼ੀ ਦਾ DSP ਲੱਗਣਾ, ਤੇ ਮਹੀਨੇ ਬੰਨੇ ਹੋਏ ਸੀ ਤੇ ਸਾਰਾ ਕੁਝ ਤੁਸੀਂ ਨਿਊਜ਼ ਵਿੱਚ ਸਾਰਾ ਕੁਝ, ਚਲੋ ਇਹ ਤਾਂ ਇਲਜ਼ਾਮ ਸੀ ਸਾਰੇ ਜੀ, ਠੀਕ ਹੈ, ਇਹਨਾਂ ਨੂੰ ਕਹੋ ਵੀ ਮੁੱਦੇ ਤੋਂ ਬਾਹਰ ਨਾ ਜਾਣ, ਇਹਨੇ ਅਦਰਵਾਈਜ਼ ਮੈਨੂੰ ਦਖਲ ਦੇਣਾ ਤੂੰ ਜੀ। ਗਿੱਲ ਸਾਹਿਬ ਮੁੱਦੇ ਦੀ ਗੱਲ ਹੈ, ਜਿਹੜੀ ਚੀਜ਼ਾਂ ਹੈਗੀਆਂ ਉਹ ਮੈਂ ਰਾਜਨੀਤੀ ਨਾਲ ਪ੍ਰੇਰਿਤ ਗੱਲਾਂ ਨੇ, ਮੈਂ ਉਹਦੇ ਤੇ ਆ ਰਿਹਾ, ਜਥੇਦਾਰ ਤੁਸੀਂ ਥਾਣੇ 'ਚ ਇਸ ਤਰ੍ਹਾਂ ਕਰਦੇ ਸੀ, ਚਲੋ ਇਹ ਨਿਊਜ਼ ਮੀਡੀਆ ਉਠਾਉਂਦਾ, ਅਸੀਂ ਨਹੀਂ ਕਹਿੰਦੇ, ਅਸੀਂ ਤਾਂ ਦੇਖੀ ਆ, ਬਿਆਨ ਤੇ ਮੈਂ ਚਾਹੁੰਦਾ ਉੱਥੇ ਜਾਣਾ, ਪੁੱਛਿਆ ਕੀ ਆ ਕਹਾਣੀ ਜੀ, ਮੈਂ ਬਿਆਨ ਤੇ ਆ ਰਿਹਾ ਜੀ, ਬਿਆਨ ਤੇ ਮੈਂ ਤੁਹਾਨੂੰ ਦੱਸ ਰਿਹਾ, ਗੱਲ ਆ ਜਾਂਦੀ ਹੈ ਗਿੱਲ ਸਾਹਿਬ ਤੋਂ ਬੜੀ ਤਕਲੀਫ ਹੁੰਦੀ ਹੈ, ਜੇ ਸਰਕਾਰ ਚਾਹੇ ਤਾਂ, ਸਰਕਾਰ ਨੇ ਤਾਂ ਚਾਹਿਆ ਕਿਉਂਕਿ ਲੋਕ ਆਪ ਮੁਹਾਰੇ ਸੜਕਾਂ 'ਤੇ ਆ ਗਏ, ਉਹਨਾਂ ਨੂੰ ਚੁੱਕਣ ਦਾ ਕੋਈ ਰਾਹ ਨਹੀਂ ਲੱਭ ਰਿਹਾ ਸੀਗਾ, ਸਭ ਤੋਂ ਅਖੀਰਲਾ ਪੈਂਤਰਾ ਵਰਤਿਆ ਗੋਲੀ ਮਾਰਨ ਦਾ। ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਅਸੀਂ ਜਦ ਤੱਕ ਕੋਈ ਆਰਡਰ ਨਹੀਂ ਕਰਦੇ ਸਾਨੂੰ ਉਹ ਦਫ਼ਤਰ ਜਾ ਕੇ ਕੋਈ ਚਾਹ ਵੀ ਨਹੀਂ ਪੁੱਛਦਾ, ਅਤੇ ਪੰਜਾਬ 'ਚ ਐਡਾ ਵੱਡਾ ਗੋਲੀਕਾਂਡ ਹੋ ਜਾਵੇ ਐਡੇ ਭਾਰੀ ਸੰਗਤ ਦੇ ਉੱਤੇ ਬਗੈਰ ਗ੍ਰਹਿ ਮੰਤਰੀ ਦੀ ਪਰਮਿਸ਼ਨ ਤੋਂ ਹੋ ਜਾਏਗਾ? ਇਹ ਸੁਖਬੀਰ ਬਾਦਲ ਦੀ ਗ੍ਰਹਿ ਮੰਤਰੀ ਸੀ ਜੀ ਜੀ, ਉਹਦੀ ਪਰਮਿਸ਼ਨ ਤੋਂ ਬਗੈਰ ਨਾ DGP, ਕਿਉਂਕਿ ਗ੍ਰਹਿ ਮੰਤਰਾਲੇ ਦੇ ਹੋਮ ਮਿਨਿਸਟਰੀ ਦੇ ਅੰਦਰ ਲਾਅ ਐਂਡ ਕਾਨੂੰਨ ਨੂੰ ਮੇਨਟੇਨ ਕਰਨਾ, ਉਹਦੇ ਉੱਤੇ ਆਰਡਰ ਕਰਨਾ, ਉਹਨੂੰ ਇੰਪਲੀਮੈਂਟ ਕਰਨਾ, ਉਹਨੂੰ ਪਾਲਣਾ ਕਰਨੀ ਕਰਵਾਉਣੀ, ਉਹ ਗ੍ਰਹਿ ਮੰਤਰੀ ਦੀ ਹੁੰਦੀ ਹੈ। ਉਹ ਸਭ ਤੋਂ ਵੱਡਾ ਉਹਨਾਂ ਦੀ ਸਿਆਸਤ ਸਾਰੀ ਦਾਅ 'ਤੇ ਲੱਗ ਗਈ ਸੀ, ਕਿਉਂਕਿ ਜਿੱਦਾਂ ਕਿ ਦਰਸ਼ਨ ਜੀ ਨੇ ਕਿਹਾ ਸੂਈ ਘੁੰਮ ਰਹੀ ਸੀ ਆਪਣਾ ਜੋਰਾ ਸਿੰਘ ਜੀ ਦੀ ਕਮਿਸ਼ਨ ਤੋਂ ਬਾਅਦ, ਮਾਰਕੰਡੇ ਕਾਰਜੂ ਜੀ ਨੇ ਵੀ ਕੀਤੀ, ਅਜੀਤ ਸਿੰਘ ਜੀ ਨੂੰ ਗੋਲੀ ਵੱਜੀ, ਉਹਦੇ ਬਿਆਨ ਨਹੀਂ ਲਿੱਤੇ ਗਏ, ਉਹਨੂੰ ਇਲਾਜ ਨਹੀਂ ਕਰਨ ਦਿੱਤਾ ਗਿਆ, 3 ਮਹੀਨੇ ਉਹਨੂੰ ਇਲਾਜ ਨਾ ਮਿਲਣ ਕਰਕੇ ਉਹਦੀ ਹਾਲਤ ਖਰਾਬ ਹੋਈ, ਜਿਹਦੇ ਕਰਕੇ 1 ਸਾਲ ਉਹ ਚੱਲਣ ਹੋਇਆ, ਉਹ ਲੁਧਿਆਣੇ CMC 'ਚ ਐਡਮਿਟ ਸੀ, ਅਸੀਂ ਹੁਣ ਮਿਲ ਕੇ ਆਏ ਉਸ ਸਮੇਂ 'ਤੇ, ਉਹਦੇ ਬਿਆਨ ਨਹੀਂ ਲਿੱਤੇ ਗਏ। ਇਹ ਤਾਂ ਦੁਬਾਰਾ ਜਦੋਂ ਕਾਰਵਾਈਆਂ ਸ਼ੁਰੂ ਹੋਈਆਂ ਅਤੇ ਉਦੋਂ ਉਹਨੂੰ ਕਿਹਾ, ਉਹਨੇ ਦੱਸਿਆ ਅਜੀਤ ਸਿੰਘ ਨੇ ਵੀ ਮੈਂ ਬਿਆਨ ਦਿੱਤਾ ਸੀਗਾ 2016 ਦੇ ਵਿੱਚ, ਉਹਨੇ ਕਿਹਾ ਸਾਡੇ ਕੋਲ ਪੁਰਾਣਾ ਕੋਈ ਬਿਆਨ ਹੀ ਹੈ ਨਹੀਂ ਜੀ। ਚਲੋ ਜਦੋਂ ਕੋਈ ਬੰਦਾ ਚਾਹੇ ਸਿਮਰ ਬੈਂਸ ਹੋਵੇ ਚਾਹੇ ਕੋਈ ਬੈਂਸ ਹੋਵੇ, ਜਦੋਂ ਕੋਈ ਬੰਦਾ ਗੱਲ ਕਰਦਾ ਕਿਸੇ ਆਧਾਰ ਤੇ ਗੱਲ ਕਰਨੀ ਚਾਹੀਦੀ ਆ, ਬਿਨ ਆਧਾਰਹੀਣ ਗੱਲ ਦੀ ਕੋਈ ਬੇਸ ਨਹੀਂ ਹੁੰਦਾ, ਉਹਦੀ ਕੋਈ ਲੌਜਿਕ ਨਹੀਂ, ਉਹਦੀ ਕੋਈ ਗੱਲ 'ਚ ਵਜਨ ਨਹੀਂ ਹੁੰਦਾ। ਮੈਨੂੰ ਕੋਈ ਦੱਸੇਗਾ ਸਹੀ ਕਿ ਇਸ ਕਮਿਸ਼ਨ ਦੀ ਰਿਪੋਰਟ ਦੇ ਕਿਸੇ ਹਿੱਸੇ 'ਚੋਂ, ਜਾਂ ਪਹਿਲੇ ਕਮਿਸ਼ਨ ਦੀ ਜਾਂ ਸੈਕਿੰਡ ਕਮਿਸ਼ਨ ਦੀ ਜਾਂ ਕਿਸੇ SIT ਦੀ ਕਿਸੇ ਆਧਾਰ ਬਣਾ ਕੇ ਗੱਲ ਕਰੇ, ਫਜ਼ੂਲ ਗੱਲਾਂ ਕਰਦਾ ਕੋਈ ਮੀਨਿੰਗ ਨਹੀਂ। ਸਾਬਤ ਹੋ ਗਈ ਥਾਣੇ ਜਿਹੜੇ ਨੇ, ਇੱਕ ਮਿੰਟ ਮੇਲ ਕੰਮ ਸੀ, ਮੈਂ ਕਹਿ ਦਿੰਦਾ ਰਾਜਾ ਜੀ ਆਪਾਂ ਇੱਕ ਇੱਕ ਗੱਲ ਕਰੀਏ ਜੀ, ਤੁਸੀਂ ਆਪਣੀ ਗੱਲ ਕਹਿ ਦਿੰਦਾ ਕਿ ਮੈਂ ਕਹਿ ਦਿੰਦਾ ਕਿ ਸਿਮਰ ਬੈਂਸ ਦੇ ਉੱਤੇ ਕੇਸ ਰਜਿਸਟਰ ਕਰੋ, ਇਹ ਗੋਲੀ ਚੱਲਣ ਦਾ ਕੋਈ ਆਧਾਰ ਹੈ? ਇਸ ਲਈ ਆਧਾਰ ਲੈਸ ਗੱਲਾਂ, ਆਧਾਰ ਰਹਿਤ ਗੱਲਾਂ ਕਰਨੀਆਂ ਬੇਵਜੂਦ ਆ। ਗਿੱਲ ਸਾਹਿਬ ਮੇਰਾ ਸਵਾਲ ਲੈ ਲਓ, ਮੈਂ ਇੱਕ ਸਵਾਲ ਕਰਦਾ। ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਸੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਉਸ ਵੇਲੇ ਵੀ ਪੰਜਾਬ ਦੇ DGP ਨੂੰ ਸਵਾਲਾਂ ਦੇ ਵਿੱਚ ਨਹੀਂ ਲਿਆਂਦਾ ਸੀ ਪ੍ਰਕਾਸ਼ ਸਿੰਘ ਬਾਦਲ ਨੇ, ਜਦੋਂ ਵਿਰੋਧ ਬਹੁਤ ਜ਼ਿਆਦਾ ਵਧਿਆ ਅਤੇ ਫਿਰ DGP ਦੀ ਟ੍ਰਾਂਸਫਰ ਕੀਤੀ। ਤੁਹਾਨੂੰ ਕੀ ਲੱਗਦਾ ਉਸ ਵੇਲੇ ਦੇ DGP ਦੀ ਕੀ ਜ਼ਿੰਮੇਵਾਰੀ ਬਣਦੀ ਸੀ ਉਸ ਵੇਲੇ,
ਕਿ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਤੁਰੰਤ ਇਸ ਮਾਮਲੇ ਨੂੰ ਨਿਬੇੜਿਆ ਜਾਂਦਾ? ਮੌਕੇ ਦੀ ਸਰਕਾਰ ਜਿਹੜੀ ਆ ਆਪਦੀ ਪੂਰੀ ਡਿਊਟੀ ਜਿੱਦੀ ਹੁੰਦੀ ਆ ਨਿਭਾਉਂਦੀ ਆ। ਮੌਕੇ ਦੀ ਸਰਕਾਰ ਉਹਦਾ ਜਿਹੜੀ ਕੰਟਰੋਲ ਹਾਲਾਤ ਕਰਦੇ ਨੇ, ਮੌਕੇ ਦੀ ਸਰਕਾਰ ਵਾਰ ਵਾਰ ਉੱਥੋਂ ਦੇ ਮੌਕੇ ਦੇ ਅਫਸਰਾਂ ਤੋਂ ਰਿਪੋਰਟਾਂ ਲੈ ਕੇ ਉਸਨੂੰ ਐਜ਼ ਪਰ ਸਮਾਂ ਜਿਸ ਤਰ੍ਹਾਂ ਡਿਮਾਂਡ ਹੁੰਦੀ ਹੈ ਸਮੇਂ ਦੀ ਉਹਦੇ ਮੁਤਾਬਕ ਕੰਟਰੋਲ ਕਰਦੀ ਆ। ਡੀ ਜੀ ਪੀ ਵੀ ਕੋਈ ਬੰਦਾ ਵੀ ਜਿਹਦੇ ਹੱਥ 'ਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਜ਼ਿੰਮੇਵਾਰੀ ਆ, ਉਹ ਕਦੇ ਨਹੀਂ ਚਾਹੂਗਾ ਕਿ ਲਾਅ ਐਂਡ ਆਰਡਰ ਖਰਾਬ ਹੋਵੇ, ਉਹ ਕਦੇ ਨਹੀਂ ਚਾਹੂਗਾ ਕਿ ਬਦ ਅਮਨੀ ਫੈਲੇ। ਇਹ ਮੇਰੇ ਕਹਿਣ ਦਾ ਮਤਲਬ ਇਸ ਲਈ ਹੈ ਉਸ ਡੀ ਜੀ ਪੀ ਦੇ ਰਾਜ ਦੇ ਵਿੱਚ ਇਹ ਕੁਝ ਵਾਪਰਿਆ ਕਿ ਡੀ ਜੀ ਪੀ ਤੱਕ ਜਾਂਚ ਪਹੁੰਚਣੀ ਚਾਹੀਦੀ ਹੈ ਇਸ ਮਸਲੇ? ਮੈਂ ਇਹ ਗੱਲ ਕਹਿੰਦਾ ਜੀ ਵੀ ਕਈ ਵਾਰ ਜਿਹੜਾ ਗੋਲੀ ਚੱਲਣ ਵਾਲੀਆਂ ਗੱਲਾਂ ਨੇ ਨਾ, ਇਹ ਗੱਲਾਂ ਅਜੇ ਆਪਣੇ ਸਾਹਮਣੇ ਨਹੀਂ ਆਈਆਂ ਕਿਉਂਕਿ ਰਿਪੋਰਟ ਆਫੀਸ਼ਲੀ ਸਾਹਮਣੇ ਨਹੀਂ ਆਈ ਵੀ ਕਿੰਨਾ ਹਾਲਾਤਾਂ ਦੇ ਵਿੱਚ ਗੋਲੀ ਇਹ ਚੱਲੀ, ਇਹ ਆਪਣੇ ਹਜੇ ਸਾਹਮਣੇ ਨਹੀਂ ਆਇਆ। ਜਦੋਂ ਸਾਹਮਣੇ ਆਜੂਗਾ ਆਪਾਂ ਇਹਦੇ ਉੱਤੇ ਡਿਸਾਈਡ। ਮੈਂ ਕਹਿੰਦਾ ਨਾ ਸਾਹਮਣੇ ਆਵੇ, ਗੋਲੀ ਤਾਂ ਪੁਲਿਸ ਵੱਲੋਂ ਚੱਲੀ ਹੈ ਗੋਲੀ। ਮੈਂ ਫਿਰ ਜੇਕਰ ਮੈਂ ਇਹਨੂੰ ਔਨ ਮੈਰਿਟ ਗੱਲ ਕਰਾਂ, ਜਦੋਂ ਮੈਂ ਗੱਲ ਕਰ ਜਦੋਂ ਪੁਲਿਸ ਗੋਲੀ ਚਲਾਉਂਦੀ ਆ, ਆਪਾਂ ਦੇਖਦੇ ਹਾਂ ਵੀ ਜਦੋਂ ਪਬਲਿਕ ਬੇਕੰਟਰੋਲ ਹੁੰਦੀ ਆ, ਪੁਲਿਸ ਵਾਲਿਆਂ ਦੇ ਗਲ ਪੈਂਦੀ ਆ, ਜਦੋਂ ਪੁਲਿਸ ਵਾਲਿਆਂ ਦੇ ਉੱਤੇ ਇੱਟਾਂ ਵੱਟੇ ਚੱਲਦੇ ਆ, ਆਪਾਂ ਰੋਜ਼ ਕਸ਼ਮੀਰ 'ਚ ਦੇਖਦੇ ਹਾਂ ਕਿ ਗੋਲੀ ਕਦੋਂ ਚੱਲਦੀ। ਇਸ ਲਈ ਮੈਂ ਮੈਰਿਟ ਤੋਂ ਬਾਹਰ ਇੱਕ ਗੱਲ ਹੋਰ ਲਊਂਗਾ। ਗਿੱਲ ਸਾਹਿਬ, ਜਦੋਂ ਗੋਲੀ ਚੱਲੀ ਉੱਥੇ ਪੁਲਿਸ ਵਾਲੇ ਜਿਹੜੇ ਜਾਂਦੇ ਆ, ਜਿਹੜੇ ਡਿਊਟੀ 'ਤੇ ਹੁੰਦੇ ਨੇ, ਉਹਨਾਂ ਦੇ ਹਥਿਆਰਾਂ ਦੇ ਸਾਰੇ ਅੰਕੜੇ ਆ ਜਿਹੜੇ ਉਹ ਉਪਲਬਧ ਹੁੰਦੇ ਨੇ ਥਾਣੇ 'ਚ ਕਿ ਕਿਹੜਾ ਪੁਲਿਸ ਵਾਲਾ ਕਿਹੜੀ ਰਫਲ ਲੈ ਕੇ ਗਿਆ। ਇਹ ਤਾਂ ਨਹੀਂ ਹੁੰਦਾ ਨਾ ਕਿ ਢੇਰ ਚੱਕ ਕੇ ਰਫਲਾਂ ਦੇ ਵਿੱਚੋਂ ਪੁਲਿਸ ਵਾਲੇ ਰਫਲ ਚੱਕ ਕੇ ਲੈ ਜਾਂਦੇ ਆ। ਪਤਾ ਤਾਂ ਕਰ ਸਕਦਾ ਪੁਲਿਸ ਮਹਿਕਮਾ, ਕਰ ਸਕਦਾ ਹੋਣਾ, ਜਾਂ ਪੁਲਿਸ ਮਹਿਕਮੇ ਨੂੰ ਪਤਾ ਹੋਣਾ ਗੋਲੀ ਕਿਹੜੇ ਮੁਲਾਜ਼ਮਾਂ ਤੋਂ ਚੱਲੀ ਹੈ ਤੇ ਬਚਾਉਣ ਦੀ ਕੋਸ਼ਿਸ਼ ਹੋਈ। ਆਪਣੇ ਡੱਲਾ ਜੀ, ਆ ਜਿਹੜਾ ਕਮਿਸ਼ਨ ਹੈ ਇਸੇ ਕੰਮ ਨੂੰ ਬੈਠਾ ਸੀ ਨਾ ਜੀ, ਆਉਣ ਦੇ ਰਿਪੋਰਟ। ਕਮਿਸ਼ਨ ਦਾ ਹੋਰ ਕੰਮ ਵੀ ਕੀ ਸੀ? ਜਿਹੜਾ ਕਮਿਸ਼ਨ ਨੇ ਏਡਾ ਵੱਡਾ ਸਾਰਾ ਕੁਛ ਮੌਕਾ ਦੇਖਿਆ, ਇੰਨੇ ਵੱਡੇ ਗਵਾਹ ਇਕੱਠੇ ਕੀਤੇ, ਸਾਰੇ ਡਾਕੂਮੈਂਟ ਇਕੱਠੇ ਕੀਤੇ। ਚਲੋ ਕਮਿਸ਼ਨ ਅੱਜ ਦੀ ਗੱਲ ਹੈ ਕਿ ਉਸ ਵੇਲੇ ਦੇ ਡੀ ਜੀ ਪੀ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ, ਉਸ ਵੇਲੇ ਦਾ ਡੀ ਜੀ ਪੀ ਸਵਾਲਾਂ 'ਚ ਨਹੀਂ ਆਉਂਦਾ। ਨਹੀਂ, ਡੀ ਜੀ ਪੀ ਕਦੋਂ ਆਪਦੇ ਆਪ ਨੂੰ ਇਹ ਗੱਲ ਕਹਿੰਦਾ ਕਿ ਅਸੀਂ ਜਿਹੜੀ ਇਹ ਗੋਲੀ ਗਲਤ ਚਲਾਈ ਆ, ਉਹ ਤਾਂ ਆਪਦੇ ਆਪ ਨੂੰ ਜਸਟੀਫਾਈ ਤਾਂ ਕਰਨਗੇ ਨਾ। ਜਦੋਂ ਉਹ ਇਸੇ ਕਰਕੇ ਤਾਂ ਜਿਹੜੀ ਸੀ ਬੀ ਆਈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇਸੇ ਕਰਕੇ ਤਾਂ ਸੀ ਬੀ ਆਈ ਨੂੰ ਰਿਪੋਰਟ ਦਿੱਤੀ ਗਈ ਆ, ਜਿਹੜੀ ਇਨਕੁਆਇਰੀ ਹੈ ਕਿ ਇਹਨਾਂ ਨੇ ਆਪਣੇ ਖਿਲਾਫ ਤਾਂ ਰਿਪੋਰਟ ਕਰਨੀ ਨਹੀਂ ਵੀ ਇਹ ਝੂਠੇ ਹੈ ਜਾਂ ਸੱਚੇ ਨੇ। ਚਲੋ, ਮੈਂ ਦਰਸ਼ਨ ਸਿੰਘ ਜੀ, ਦਰਸ਼ਨ ਜੀ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਦੇਖੋ, ਇਹਦੇ ਵਿੱਚ ਬੜਾ ਸਪਸ਼ਟ ਹੈ ਜੋ ਅਖਬਾਰਾਂ ਦੇ ਵਿੱਚ ਰਿਪੋਰਟ ਦੇ ਬਾਰੇ ਛਪਿਆ, ਅਤੇ ਅਸੀਂ ਉਹਨੂੰ ਇਸ ਕਰਕੇ ਸੱਚ ਮੰਨ ਕੇ ਚੱਲਦੇ ਹਾਂ ਕਿਉਂਕਿ ਸਰਕਾਰ ਵਾਲੇ ਪਾਸੇ ਤੋਂ ਉਸ ਨੂੰ ਕੰਟਰਡਿਕਟ ਨਹੀਂ ਕੀਤਾ ਗਿਆ ਜਾਂ ਉਸ ਨੂੰ ਝੂਠਾ ਜਾਂ ਗਲਤ ਨਹੀਂ ਕਿਹਾ ਗਿਆ। ਚਲੋ, ਹੁਣ ਮੈਂ ਇੱਕ ਸਵਾਲ ਲੈਣਾ ਗਿੱਲ ਸਾਹਿਬ, ਦੋ ਤਿੰਨ ਸਵਾਲ ਉੱਠਦੇ ਨੇ ਮੇਰੇ ਕੋਲੇ, ਆਖਰੀ 5-7 ਮਿੰਟ ਨੇ, ਮੈਂ ਦੋ ਸਵਾਲ ਛੋਟੇ ਛੋਟੇ ਆਨਸਰ ਚਾਹੂੰਗਾ। ਗਿੱਲ ਸਾਹਿਬ, ਕੀ ਜਿਹੜੀ ਮੰਗ ਹੋ ਰਹੀ ਹੈ, ਹੁਣ ਸੁਖਪਾਲ ਖਹਿਰਾ ਨੇ ਵੀ ਮੰਗ ਕੀਤੀ ਹੈ, ਵਿਧਾਨ ਸਭਾ ਦਾ ਸੈਸ਼ਨ ਜਸਟਿਸ ਰਣਜੀਤ ਸਿੰਘ ਦੀ ਇਸ ਰਿਪੋਰਟ 'ਤੇ ਬੁਲਾਇਆ ਜਾਣਾ ਚਾਹੀਦਾ, ਤੁਹਾਨੂੰ ਕੀ ਲੱਗਦਾ? ਕਿਉਂਕਿ ਮੰਗ ਇਹ ਹੋ ਰਹੀ ਹੈ, ਸੁਖਪਾਲ ਖਹਿਰਾ ਨੇ ਵੀ ਮੰਗ ਕੀਤੀ ਹੈ ਕਿ CBI ਇਸ ਕੇਸ CBI ਤੋਂ ਇਹ ਕੇਸ ਵਾਪਸ ਲਿਆ ਜਾਵੇ। ਪਹਿਲਾਂ ਤਾਂ ਇਹ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਲਿਆ ਜਾਣਾ ਚਾਹੀਦਾ ਇਸ ਅਹਿਮ ਮਸਲੇ 'ਤੇ? ਜਿੱਥੋਂ ਤੱਕ ਹੈਗੀ ਹੈ ਗੱਲ ਇਹਨਾਂ ਖਹਿਰਾ ਸਾਹਿਬ ਦੀ, ਖਹਿਰਾ ਸਾਹਿਬ ਤਾਂ ਬਹੁਤ ਕੁਛ ਬੋਲਦੇ ਨੇ, ਖਹਿਰਾ ਸਾਹਿਬ ਬਹੁਤ ਕੁਛ ਬੋਲਦੇ ਨੇ, ਕੀ ਉਹਨਾਂ ਦੀ ਗੱਲ ਨੂੰ ਕਿਸੇ ਨੂੰ ਭਜਨ ਦੇਣਾ? ਉਹ ਵੀ ਉਸੇ ਪਾਰਟੀ ਦੇ ਬੰਦੇ ਨੇ ਜਿਹੜੇ ਕਾਂਗਰਸ 'ਚ ਰਹੇ ਨੇ ਸਾਰਾ ਉਮਰ, ਅਤੇ ਅੱਜ ਕੱਲ੍ਹ ਉਹ ਨਹੀਂ। ਪਰ ਇਹ ਪੁਆਇੰਟ ਅਹਿਮ ਹੈ, ਖਹਿਰਾ ਸਾਹਿਬ ਜਿਹੜੀ ਗੱਲ ਚੱਕੀ ਹੈ, ਗੱਲ ਵੱਡੀ ਹੈ ਕਿ ਸੱਚਮੁੱਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਕਿ ਉਹਨਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਦੇ ਉੱਤੇ ਜੀ? ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਤੇ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਉੱਤੇ ਜਿਹੜਾ ਹੈਗਾ ਕਮਿਸ਼ਨ ਦੀ ਉੱਤੇ ਜਿਹੜੀ ਹੈਗੀ ਰਿਪੋਰਟ, ਉਹ ਹਜੇ ਤਾਂ ਰਿਪੋਰਟ ਹੀ ਨਹੀਂ ਪਬਲਿਕਲੀ ਸਬਮਿਟ ਹੋਈ ਜੀ, ਉਹ ਤਾਂ ਆਫੀਸ਼ੀਅਲੀ ਅਜੇ ਰਿਪੋਰਟ ਹੀ ਨਹੀਂ ਸਬਮਿਟ ਹੋਈ। ਨਹੀਂ, ਕੈਬਨਿਟ ਵਿਚਾਰ ਕਰ ਲੈ, ਫਿਰ ਵਿਧਾਨ ਸਭਾ ਵਿਚਾਰ ਕਰ ਲੈ। CBI ਨੂੰ ਤਾਂ ਇਨਕੁਆਇਰੀ ਦਿੱਤੀ ਹੈ ਜੀ, ਉਹ ਤਾਂ ਇੰਡੀਪੈਂਡੈਂਟ ਰਿਪੋਰਟ ਤੋਂ ਬਾਅਦ ਦਿੱਤੀ ਹੈ ਜਿਹੜਾ ਅਜੇ ਜਿਹੜੀ ਜਸਟਿਸ ਦੀ ਰਿਪੋਰਟ ਹੈ ਆਫੀਸ਼ੀਅਲੀ ਤਾਂ ਅਜੇ ਗਵਰਨਮੈਂਟ ਨੇ ਪੜ੍ਹੀ ਨਹੀਂ, ਜਨਤਕ ਹੀ ਨਹੀਂ ਕੀਤੀ। ਪੜ੍ਹੀ ਤਾਂ ਹੋਣੀ ਸਰਕਾਰ ਨੇ ਕਿ ਪੜ੍ਹੀ ਨਹੀਂ? ਪੜ੍ਹ ਤਾਂ ਉਹ ਤਾਂ
ਲੇਕਿਨ ਅਜੇ ਤੱਕ ਉਹਨੂੰ ਅਫੀਸ਼ਲੀ ਮੰਨਿਆ ਨਹੀਂ ਵੀ ਆਹ ਆ ਗਈ ਆ, ਉਹ ਜਦ ਤੱਕ ਨਹੀਂ ਕੀਤੀ, ਜਿੰਨਾ ਚਿਰ ਜਦ ਤੱਕ ਨਹੀਂ ਕੀਤੀ ਉਹਨੇ ਚਿਰ ਸਾਰਾ ਮਹਿਕ ਉਹਦੇ ਵਿਊ ਕੀ ਦੇ ਸਕਦਾ ਨੀ, ਇਸ ਲਈ ਜਿੰਨਾ ਚਿਰ ਉਹ ਚੱਕ ਤੋਂ ਸਾਹਮਣੇ ਨਹੀਂ ਆਉਂਦੀ ਨੀ। ਮੈਂ ਵਿਊ ਇਸ ਲਈ ਮੰਗਦਾ ਕਿਉਂਕਿ 2-2.5 ਸਾਲ ਹੋ ਗਏ, ਮੈਂ ਤਾਂ ਕਹਿੰਦਾ ਵੀ ਹੱਲ ਹੋ ਜਾਵੇ, ਪੰਜਾਬ ਦੇ ਹੋਰ ਬੋਗ ਨੇ ਜਿਹਨਾਂ ਦੇ ਉੱਤੇ ਸਪੈਸ਼ਲ ਇਜਲਾਸ ਬੁਲਾਉਣ ਦੀ ਲੋੜ ਆ। ਚਲੋ ਠੀਕ ਹੈ ਠੀਕ ਹੈ ਠੀਕ ਹੈ, ਮੈਂ ਰਾਜਾ ਜੀ ਤੁਹਾਡੇ ਕੋਲ ਤੋਂ ਪਹਿਲਾਂ ਡੀਪੀਆਰ ਸਾਹਿਬ, ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਕੀ ਕਿਸੇ ਨਤੀਜੇ ਤੇ ਪਹੁੰਚ ਸਕਦੀ ਹੈ ਵਿਧਾਨ ਸਭਾ ਇਸ ਮਸਲੇ ਤੇ? ਦੇਖੋ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਇਸ ਦੇ ਉੱਤੇ ਵਿਚਾਰ ਹੀ ਹੋ ਸਕਦਾ, ਵਿਚਾਰ ਤਾਂ ਇਹਦੇ 'ਤੇ 6 ਮਹੀਨੇ ਦੇ ਵਿੱਚ ਵਿੱਚ ਹਰ ਹਾਲਤ ਵਿੱਚ ਉਹਨਾਂ ਨੇ ਇਹਨੂੰ ਪੇਸ਼ ਕਰਕੇ ਇਹਦੇ ਦੇ ਉੱਪਰ ਫੈਸਲਾ ਕਰਨਾ, ਵਿਧਾਨ ਸਭਾ ਦੀ ਜੋ ਡਿਸਕਸ਼ਨ ਹੈ ਉਹ ਕਰਵਾ ਕੇ ਉਹਦੀ ਅਪਰੂਵਲ ਲੈਣੀ ਆ, ਅਤੇ ਉਹ ਸੈਸ਼ਨ ਵੀ ਆ ਰਿਹਾ, ਸੈਸ਼ਨ ਤਾਂ ਹੁਣ 16 ਵੀ ਆ ਰਿਹਾ ਸੀ, ਉਹਦੇ 'ਚ ਤਾਂ ਬੇਅਦਬੀ ਦੇ ਮਾਮਲੇ ਵਿਚਾਰੇ ਜਾਣੇ ਨਾ? ਨਹੀਂ ਸਾਰੇ ਹੀ ਜਿਹੜੇ ਮਾਮਲੇ ਇਹਦੀ ਜਦੋਂ ਰਿਪੋਰਟ ਪੇਸ਼ ਹੋਣੀ ਆ, ਸਰਕਾਰ ਨੇ ਕਿਹਾ ਜੇ ਸਰਕਾਰ ਇਹਦੇ ਉੱਤੇ ਸਿੰਸੀਅਰ ਹੈ ਜੀ, ਸਰਕਾਰ ਨੇ ਕਿਹਾ ਕਿ ਅਸੀਂ ਇਹ ਪੇਸ਼ ਕਰਨਾ, ਅਤੇ ਉਹ ਐਸੇ ਹੀ ਤਰੀਕਾਂ ਦੇ ਵਿੱਚ ਆ ਰਿਹਾ ਸੀਗਾ ਆਪਣੇ ਅਗਸਤ ਦੇ ਵਿੱਚ ਹੀ, ਪਰ ਹੁਣ ਸਪਟੰਬਰ ਦੇ ਪਹਿਲੇ ਹਫ਼ਤੇ ਜਾਂ 10 ਤਰੀਕ ਤੋਂ ਪਹਿਲਾਂ ਵਿਧਾਨ ਸਭਾ ਦਾ ਸੈਸ਼ਨ ਤਾਂ ਹੋਣਾ ਹੀ ਹੋਣਾ, ਉਹਦੇ ਉੱਤੇ ਵਿਚਾਰ ਹੋਣਾ, ਸਰਕਾਰ ਭੱਜ ਨਹੀਂ ਸਕਦੀ। ਨਹੀਂ ਜਦੋਂ ਨਹਿਰ ਮੋੜਨੀ ਸੀ ਐਸ ਵਾਈ ਐਲ ਵਾਲੀ ਤਾਂ ਵਿਸ਼ੇਸ਼ ਸੈਸ਼ਨ ਸੱਦ ਲਿਆ ਸੀ ਸੁਖਬੀਰ ਬਾਦਲ ਨੇ, 1 ਦਿਨ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ, ਅਤੇ ਹੁਣ ਕੀ ਵਿਸ਼ੇਸ਼ ਸੈਸ਼ਨ ਨਹੀਂ ਸੱਦਿਆ ਜਾ ਸਕਦਾ ਇਸ਼ੂ ਦੇ ਹਿਸਾਬ ਨਾਲ ਜਿੰਨੀ ਇਹਦੀ ਇੰਪੋਰਟੈਂਸ ਹੈ? ਦੇਖੋ ਵਿਸ਼ੇਸ਼ ਸੈਸ਼ਨ ਹਰ ਗੱਲ ਦੇ ਉੱਤੇ ਸੱਦਣਾ ਜਿਹੜਾ ਹੈ ਉਹ ਮੈਂ ਨਹੀਂ ਸਮਝਦਾ ਕਿ ਜ਼ਰੂਰੀ ਹੈ, ਜਦੋਂ ਉਹਨਾਂ ਨੇ ਰਿਪੋਰਟ ਪੇਸ਼ ਕਰਨੀ ਆ ਉਹਦੇ 'ਤੇ ਵਿਚਾਰ ਸਾਰਾ ਹੋਣਾ ਹੀ ਹੋਣਾ। ਅਤੇ ਦੂਜੀ ਗੱਲ ਜਿਹੜੀ ਹੈ ਉਹ ਇਹ ਰਹੀ ਕਿ ਸੈਸ਼ਨ ਲਈ ਜਿਹੜੇ ਨੇ ਰਿਪੋਰਟ ਰਣਜੀਤ ਸਿੰਘ ਕਮਿਸ਼ਨ ਦੀ ਆਈ ਆ, ਜਦੋਂ ਉਹਨਾਂ ਨੇ ਰੱਖਣੀ ਆ ਹਾਲੇ ਉਹ ਪੇਸ਼ ਨਹੀਂ ਕੀਤੀ, ਸੈਸ਼ਨ 'ਚ ਕਰਨੀ ਆ, ਜੇ ਅਸੀਂ ਕਹੀਏ ਉਹਦੇ ਵਿਸ਼ੇਸ਼ ਸੈਸ਼ਨ ਇਮੀਡੀਏਟ ਹੋ ਜੇ ਉਹਦਾ ਤਾਂ ਲਾਭ ਸਰਕਾਰ ਹੀ ਲਊਗੀ, ਕਿਉਂਕਿ ਰਿਪੋਰਟ ਜਦੋਂ ਕਿਸੇ ਵਿਰੋਧੀ ਸਾਰੀਆਂ ਪਾਰਟੀਆਂ ਨੇ ਦੇਖੀ ਨਹੀਂ ਚੰਗੀ ਤਰ੍ਹਾਂ, ਉਹਨੂੰ ਭੋਖ ਨਹੀਂ ਕੀਤਾ, ਉਹਨੂੰ ਆਪਣੇ ਲੀਗਲ ਪੁਆਇੰਟ ਆਫ ਵਿਊ ਤੋਂ, ਉਹਨੂੰ ਟੈਕਨੀਕਲ ਪੁਆਇੰਟ ਆਫ ਵਿਊ ਤੋਂ ਉਹ ਸਾਰਾ ਭੋਖ ਨਹੀਂ ਕੀਤਾ ਉੱਥੋਂ। ਸੁਖਪਾਲ ਖਹਿਰਾ ਦੀ ਇਸ ਮੰਗ ਨਾਲ ਖੜੇ ਹੋ ਕਿ CBI ਤੋਂ ਇਹਦੀ ਇਨਕੁਆਇਰੀ ਵਾਪਸ ਲਈ ਜਾਵੇ ਤੇ ਜਿਹੜਾ ਉਹਨਾਂ ਨੇ ਮਾਰਚ ਕਰਨ ਦਾ ਫੈਸਲਾ ਕੀਤਾ? ਅਸੀਂ ਤਾਂ ਪਹਿਲਾਂ ਸੁਖਪਾਲ ਖਹਿਰਾ ਸਾਡੀ ਪਾਰਟੀ ਦੇ ਲੀਡਰ ਨੇ ਜੀ, ਸੁਖਪਾਲ ਖਹਿਰਾ ਕੋਈ ਪਾਰਟੀ ਤੋਂ ਬਾਹਰ ਥੋੜੀ ਚਲੇ ਗਏ, ਅੱਜ ਵੀ ਉਹਨਾਂ ਨੇ ਉਹ ਆਪਣੇ ਆਪ ਨੂੰ ਪਾਰਟੀ ਦੇ ਲੀਡਰ ਹੀ ਕਹਿੰਦੇ ਆ ਜੀ, ਤੇ ਉਹਨਾਂ ਨੇ ਜਿਹੜੀ ਠੀਕ ਹੈ ਉਹ ਪਾਰਟੀ ਦੇ ਵਿੱਚ ਡਿਸਕਸ ਕਰਕੇ ਨਾਮ ਵੀ ਦਿੱਤੀ ਹੋਵੇ, ਪਰ ਅਸੀਂ ਉਦੋਂ ਪਹਿਲਾਂ ਹੀ ਇਹ ਸਟੇਟਮੈਂਟ ਦੇ ਚੁੱਕੇ ਹਾਂ, ਭਗਵੰਤ ਮਾਨ ਵੀ ਕਹਿ ਚੁੱਕੇ ਹਾਂ, ਅਸੀਂ ਆਪਣੀ ਸਾਰੀ ਐਗਜ਼ੈਕਟਿਵ ਦੇ ਵਿੱਚ ਵੀ ਇਸ CBI ਦੀ ਰਿਪੋਰਟ ਨੂੰ ਜਿਹੜੀ CBI ਨੂੰ ਇਨਕੁਆਰੀ ਦੇਣ ਨੂੰ ਕੰਡੈਮ ਕਰ ਚੁੱਕੇ ਹਾਂ। ਜਦੋਂ ਕੈਪਟਨ ਨੇ ਮਜੀਠੀਆ ਦੇ ਖਿਲਾਫ਼ ਡਰੱਗਜ਼ ਦਾ ਕੇਸ ਆਇਆ ਸੀਗਾ ਅਤੇ ਕੈਪਟਨ ਅਮਰਿੰਦਰ ਸਿੰਘ ਅਪੋਜੀਸ਼ਨ ਦੇ ਲੀਡਰ ਸੀਗੇ, ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਸੈਂਟਰ CBI ਨੂੰ ਦੇਣਾ ਇਹ ਡਿਲੇ ਕਰਨਾ, ਪੰਜਾਬ ਦੀਆਂ ਏਜੰਸੀਆਂ ਇਨਕੁਆਇਰ ਕਰ ਸਕਦੀਆਂ ਨੇ, ਉਹ ਬਹੁਤ ਇੰਪਾਵਰਡ ਨੇ ਇਹਦੇ ਤੇ ਐਕਸ਼ਨ ਲੈਣ ਲਈ, ਪਰ ਅੱਜ ਉਹ ਇਸ ਨੂੰ CBI ਨੂੰ ਦੇ ਰਹੇ ਨੇ, ਇਹਦਾ ਮਤਲਬ ਹੈ ਕਿ ਉਹ ਆਪਣਾ ਮਿਲ ਕੇ ਇਹਨਾਂ ਬਚਾਉਣ ਦੇ ਲਈ ਜਿਹੜੇ ਜਿਹੜਿਆਂ ਦੇ ਉਂਗਲ ਗਈ ਆ, ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਪਾਰਟੀਕੁਲਰ ਲੀਡਰ ਦਾ ਨਾਂ ਲੈ ਕੇ ਗਿੱਲ ਸਾਹਿਬ ਵਾਂਗੂ, ਅਤੇ ਮੈਂ ਇਹਨੂੰ ਡਿਬੇਟ ਨੂੰ ਉਹ ਨਹੀਂ ਖਰਾਬ ਨਹੀਂ ਕਰਨਾ ਚਾਹੁੰਦਾ। ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਤੁਸੀਂ ਵੀ ਸਮਰਥਨ ਕਰਦੇ ਹੋ? ਸਿਮਰ ਬੈਂਸ, ਬਿਲਕੁਲ ਬਿਲਕੁਲ ਕਰਦੇ ਹਾਂ ਜੀ। ਮੈਂ ਇੱਥੇ ਇੱਕ ਗੱਲ ਬੜੀ ਵੱਡੀ ਚੀਜ਼ ਹੈ, ਇਹ ਇੱਕ ਛੋਟਾ ਮੁੱਦਾ ਨਹੀਂ ਹੈ, ਕਿਉਂਕਿ ਅਸੀਂ ਅੱਜ ਤੋਂ ਨਹੀਂ ਪਹਿਲੇ ਦਿਨ ਤੋਂ ਜਦੋਂ ਇਲੈਕਸ਼ਨਾਂ ਹੋਈਆਂ ਨੇ ਉਦੋਂ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਵੀ ਇਹ ਚਾਚਾ ਭਤੀਜਾ ਰਲ ਕੇ ਇਲੈਕਸ਼ਨ ਲੜੇ ਨੇ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਨੇ ਰਲ ਕੇ ਸਰਕਾਰ ਬਣਾਈਏ, ਜਿਹਦੇ ਕਰਕੇ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਘੱਟ ਗਿਣਤੀ ਜ਼ਰੂਰ ਰਹਿ ਗਈ, ਓਪੋਜੀਸ਼ਨ ਜ਼ਰੂਰ ਖੜੀ ਹੋ ਗਈ। ਦੂਸਰੀ ਸਭ ਤੋਂ ਵੱਡੀ ਗੱਲ, ਸੈਸ਼ਨ ਬੁਲਾਉਣ ਦਾ ਮਤਲਬ ਔਰ ਮਕਸਦ ਇਹ ਹੈ ਜਿਹੜੇ ਨੁਮਾਇੰਦੇ ਉਸ ਵਿਧਾਨ ਸਭਾ ਵਿੱਚ ਜਾ ਕੇ ਪੈਂਦੇ ਨੇ, ਸੰਵਿਧਾਨ ਦੇ ਮੰਦਰ 'ਚ ਜਾ ਕੇ ਪੈਂਦੇ ਨੇ, ਉਹ ਲੋਕਾਂ ਨੇ ਚੁਣ ਕੇ ਭੇਜੇ ਨੇ, ਉਹ ਆਪਣੇ ਆਪ 'ਚ ਉਹ ਲੋਕਾਂ ਦੀ ਆਵਾਜ਼ ਨੇ,
ਜਿਨ੍ਹਾਂ ਦੀ ਆਵਾਜ਼ ਉਹ ਚੁੱਕਣ ਲਈ ਉਸ ਜਗ੍ਹਾ 'ਤੇ ਗਏ ਨੇ ਤਾਂ ਕਿ ਉਹ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਸਕਣ ਅਤੇ ਲੋਕਾਂ ਨੂੰ ਪਤਾ ਲੱਗ ਸਕੇ ਆਖਰ ਉਸ ਰਿਪੋਰਟ ਦੇ ਵਿੱਚ ਹੈ ਕੀ ਹੈ, ਅਸਲ ਦੋਸ਼ੀ ਕੌਣ ਹੈ ਅਤੇ ਕੌਣ ਨਹੀਂ, ਤਾਂ ਕਿ ਜਨਤਕ ਹੋ ਸਕੇ। ਕਿਉਂਕਿ ਸਰਕਾਰ ਦੀ ਮਨਸ਼ਾ ਨਹੀਂ ਹੈ, ਚਾਚੇ ਦੀ ਮਨਸ਼ਾ ਨਹੀਂ, ਮੈਂ ਆਪਣੇ ਭਤੀਜੇ ਨੂੰ ਵਸਾ ਦਿਆਂ, ਇਸ ਲਈ ਉਹਦੇ 'ਤੇ ਕਾਰਵਾਈ ਨਹੀਂ ਕਰਨੀ, ਇਸ ਲਈ ਸੀਬੀਆਈ ਨੂੰ ਦਿੱਤੀ। ਪੰਜਾਬ ਦੇ ਵਿੱਚ ਚਿੱਟੇ ਨਾਲ ਇੰਨੀਆਂ ਮੌਤਾਂ ਤੋਂ ਬਾਅਦ ਵੀ ਤੇ ਸੀਬੀਆਈ ਨੂੰ ਕਾਰੀ ਨਹੀਂ ਗਈ, ਉਹਦੇ ਦੋਸ਼ੀਆਂ 'ਤੇ ਕਾਰਵਾਈ ਨਹੀਂ ਹੋਈ। ਮੈਂ ਬਸ ਇੱਥੇ ਇੱਕੋ ਗੱਲ ਮੈਂ ਕਹਿ ਕੇ ਖਤਮ ਕਰਨਾ ਚਾਹੂੰਗਾ, ਕਿਉਂਕਿ ਪੰਜਾਬ ਵਿੱਚ ਜਿੰਨੇ ਵੀ ਲੀਡਰ, ਚਾਹੇ ਪੂਰੇ ਦੇਸ਼ ਦੀ ਰਾਜਨੀਤੀ 'ਚ ਆਪਾਂ ਗੱਲ ਕਰ ਲਈਏ, ਵੋਟ ਬੈਂਕ ਤੋਂ ਉੱਤੇ ਅੱਜ ਤੱਕ ਨਹੀਂ ਵੱਧ ਸਕੇ। ਵੋਟ ਬੈਂਕ ਵਧੇ ਜੀ, ਵੋਟ ਬੈਂਕ ਦੀ ਰਾਜਨੀਤੀ ਨਹੀਂ ਕਰ ਰਹੇ ਅਸੀਂ, ਪੂਰੇ ਪੰਜਾਬ ਦੇ ਮੁੱਦੇ ਚੱਕ ਰਹੇ, ਨਹੀਂ ਤਾਂ ਆਪਣੇ ਹਲਕੇ ਲਈ ਜਾਂ ਕੋਈ ਨਾ ਕੋਈ ਕੁਰਸੀ ਲੈ ਕੇ ਲੜ 'ਚ ਅਸੀਂ ਬੈਠੇ ਹੁੰਦੇ। ਇਹਨਾਂ ਨੇ ਸਿਰਫ ਮੁੱਦਿਆਂ ਨੂੰ ਭੜਕਾ ਕਰ ਗਿਆ, ਚਾਹੇ SYA ਲੈ ਲਓ, ਚਾਹੇ ਪੰਜਾਬ ਦੀ ਇਕੱਲੀ ਗੱਲ ਕਰਦਾ, ਦੇਸ਼ ਦੇ ਮੁੱਦੇ ਤਾਂ ਬਹੁਤ। ਚਲੋ ਖਤਮ, ਮੇਰੇ ਕੋਲ ਵਕਤ ਦੀ ਕਮੀ ਹੈ, ਪੰਜਾਬ SYA ਦਾ ਮੁੱਦਾ ਲੈ ਲਓ, ਅੱਜ ਤੱਕ ਨਹੀਂ ਸੋਲਵ ਹੋਇਆ। ਜੇ 84 ਦੀ ਗੱਲ ਕਰ ਲਈ, ਅੱਜ ਤੱਕ ਨਹੀਂ ਹੋਇਆ। ਦੰਗੇ ਹੋ ਗਏ ਦਿੱਲੀ ਦੇ ਵਿੱਚ, ਸਿੱਖ ਮਾਰੇ ਗਏ, ਅੱਜ ਤੱਕ ਨਹੀਂ ਹੋਇਆ। ਭਾਈਵਾਲ ਸਰਕਾਰਾਂ ਵੀ ਆਈਆਂ, ਭਾਈਵਾਲ ਵੀ ਹੋ ਗਏ, ਓਪੋਜੀਸ਼ਨ 'ਚ ਵੀ ਰਹੇ। ਇਹ ਮੁੱਦਿਆਂ ਨੂੰ ਬਣਾ ਕੇ ਰੱਖਿਆ ਗਿਆ। ਮੈਨੂੰ ਇੱਕ ਸੰਨੀ ਦਿਓਲ ਦੀ ਫਿਲਮ ਦਾ ਡਾਇਲੋਗ ਯਾਦ ਆ ਰਿਹਾ ਵੀ ਤਰੀਕ 'ਤੇ ਤਰੀਕ ਮਿਲਦੀ ਹੈ ਪਰ ਇਨਸਾਫ਼ ਨਹੀਂ ਮਿਲਦਾ। ਏਦਾਂ ਹੀ ਸਰਕਾਰਾਂ ਕਮਿਸ਼ਨ 'ਤੇ ਕਮਿਸ਼ਨ ਬਣਾਉਂਦੀਆਂ, ਉਹਦੀਆਂ ਰਿਪੋਰਟਾਂ ਨੂੰ ਠੰਡੇ ਬਸਤੇ 'ਚ ਪਾਉਣ ਦੇ ਹੱਲ ਲੱਭ ਲੈਂਦੀ ਹੈ, ਚਾਹੇ ਪਾਣੀ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਲੈ ਲਓ। ਮੇਰੇ ਕੋਲ ਵਕਤ ਦੀ ਕਮੀ ਹੈ, ਮੈਂ ਸਮਝ ਗਿਆ ਤੁਹਾਡੀ ਭਾਵ ਨਾਲ, ਔਰ ਅਸੀਂ ਲੋਕਾਂ ਦੀ ਲੜਾਈ ਲੜਦੇ ਉਹ ਲੈ ਕੇ ਆਵਾਂਗੇ, ਨੰਗਾ ਕਰਕੇ ਦਿਖਾਵਾਂਗੇ। ਚਲੋ, ਬਹੁਤ ਬਹੁਤ ਧੰਨਵਾਦ ਜਸਵਿੰਦਰ ਸਿੰਘ ਰਾਜਾ ਜੀ ਦਾ ਵੀ, ਦਰਸ਼ਨ ਸਿੰਘ ਹੋਣੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਗਿੱਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਵੱਖ ਵੱਖ ਪਹਿਲੂ ਜਿਹੜੀ ਸਿਆਸਤ ਇਸ ਵਕਤ ਪੰਜਾਬ ਦੇ ਵਿੱਚ ਹੋ ਰਹੀ ਹੈ, ਅਸੀਂ ਉਹ ਵਿਚਾਰੇ ਨੇ, ਔਰ ਆਸ ਕਰਾਂਗੇ ਕਿ ਬਰਗਾੜੀ ਕਾਂਡ ਦੇ ਮਸਲੇ ਦੇ ਉੱਤੇ ਜਿਹੜੀ ਕਾਰਵਾਈ ਹੈ ਉਹ ਉਸੇ ਤਰ੍ਹਾਂ ਨਾਲ ਹੋਵੇ ਜਿਵੇਂ ਆਮ ਲੋਕਾਂ ਦੀ ਸੋਚ ਹੈ, ਕਿਉਂਕਿ ਇਹ ਮਾਮਲੇ ਦੇ ਵਿੱਚ ਜੇ ਇਨਸਾਫ਼ ਮਿਲੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਵੇ ਕਿ ਇੱਕ ਗੁੰਝਲਦਾਰ ਮਾਮਲਾ ਨਿਬੜ ਗਿਆ। ਬਹੁਤ ਬਹੁਤ ਧੰਨਵਾਦ।